ਪਹਿਲਾਂ ਮੈਂ ਆਪਣੀ ਜਥੇਬੰਦੀ ਸੂਬਾ ਪ੍ਰਧਾਨ ਜਗਵੀਰ ਚੌਹਾਨ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ, ਨਾਲ ਪੂਰੇ ਇਲਾਕੇ ਦਾ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਸਾਡੇ 'ਤੇ ਪਹੁੰਚ ਕੇ ਸਾਡਾ ਹੌਂਸਲਾ ਵਧਾਈ ਕੀਤੀ ਅਤੇ ਦੂਜੇ ਪੱਖ ਸਾਡੀਆਂ ਜਿਹੜੀਆਂ ਰੱਖੀਆਂ ਗਈਆਂ ਮੰਗਾਂ 'ਤੇ ਬੜਾ ਗੌਰ ਵਿਚਾਰ ਕੀਤਾ ਅਤੇ ਸਾਂਝੇ ਵਿਚਾਰ ਕੀਤੇ ਗਏ। ਉਹਦੇ ਵਿੱਚ ਕੁਝ ਮਸਲੇ ਬਹੁਤ ਗੰਭੀਰ ਸਨ, ਜਿੱਦਾਂ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਜਿਹੜਾ ਮਸਲਾ ਹੀ ਕੈਂਸਰ ਦੇ ਰੋਗ ਦੇ ਬਰਾਬਰ ਸੀ ਫਾਟਕ ਦਾ, ਜਿਹਦੇ ਵਿੱਚੋਂ ਤਕਰੀਬਨ ਸੌਣੀ ਦੇ ਵਿੱਚੋਂ ਰਸਤਾ ਨਿਕਲਦਾ ਹੈ, ਤਕਰੀਬਨ 35-40 ਪਿੰਡਾਂ ਨੂੰ ਜੋੜਦਾ ਹੈ, ਅਗਲੇ ਹਿਮਾਚਲ ਦੀ ਹੱਦ ਹੈ ਉਹਦੇ ਨਾਲ ਪਿੰਡਾਂ ਨੂੰ ਜੋੜਦਾ ਹੈ। ਉਹ ਮਸਲਾ ਜਿਹੜਾ ਉਹ ਬਹੁਤ ਗੰਭੀਰ ਹੈ, ਉਸ 'ਤੇ ਬਹੁਤ ਹੀ ਪ੍ਰਧਾਨ ਜੀਆਂ ਵੱਲੋਂ ਗਹਿਰਾਈ ਦੇ ਨਾਲ ਵਿਚਾਰ ਦਿੱਤੇ ਗਏ ਅਤੇ ਇਸ ਦੇ ਹੱਲ ਵਾਸਤੇ ਪੂਰਾ ਜ਼ੋਰ ਕਰਨਗੇ ਅਤੇ ਕੁਝ ਫਸਲਾਂ ਝੋਨੇ ਦੀ ਪੱਕੇ ਜਿਹੜੀ ਉਹ ਆ ਚੁੱਕੀ ਹੈ, ਖੇਤਾਂ 'ਚ ਪੱਕ ਚੁੱਕੀ ਹੈ ਅਤੇ ਜਿਹੜੀ ਸਰਕਾਰ ਹੈ ਉਹਨੂੰ ਚੱਕਣ 'ਤੇ ਕੋਈ ਅਜੇ ਵਿਚਾਰ ਨਹੀਂ ਬਣਾ ਰਹੀ, ਉਸ ਵਾਸਤੇ ਵੀ ਬਹੁਤ ਗਹਿਰਾਈ ਦੇ ਨਾਲ ਵਿਚਾਰ ਕੀਤੇ ਗਏ ਅਤੇ ਇਸਨਾਂ ਵਿਚਾਰਾਂ ਦੇ ਨਾਲ ਹੀ ਇਹ ਜਿਹੜੀ ਕਨਵੈਨਸ਼ਨ ਹੈ ਜਿਹੜੀ ਉਹ ਸਮਾਪਤ ਹੋਈ ਅਤੇ ਮੈਂ ਇਲਾਕੇ ਦਾ ਧੰਨਵਾਦ ਕਰਦਾ ਅਤੇ ਅਗਲੀ ਵਾਰ ਜਿਹੜਾ ਇਹ ਸਾਲਾਨਾ ਇਹ ਇਸ ਤਰ੍ਹਾਂ ਹੀ ਕਰਾਇਆ ਜਾਏਗਾ। ਧੰਨਵਾਦ। ਪੰਜਾਬ ਦੀ ਸਰਕਲ ਪਠਾਨਕੋਟ ਦੀ ਜਿਹੜੀ ਕਨਵੈਨਸ਼ਨ ਹੈ, ਸਰਕਲ ਪ੍ਰਧਾਨ ਅਮੀਰ ਸਿੰਘ ਅਮਰੀਕ ਸਿੰਘ, ਵਾਈਸ ਪ੍ਰਧਾਨ ਮੇਹਰ ਸਿੰਘ, ਰਜੀਤ ਸਿੰਘ ਜਨਰਲ ਸਕੱਤਰ, ਇਹ ਸਾਰਿਆਂ ਦੀ ਰਹਿਨਮਾਈ ਹੇਠ ਉੱਥੇ ਹੋਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਅਤੇ ਕਿਸਾਨ ਬੀਬੀਆਂ ਇੱਥੇ ਪਹੁੰਚੀਆਂ ਹੈ। ਸੋ ਸਾਡਾ ਮਕਸਦ ਇਹ ਆ ਕਿ ਇਸ ਤੋਂ ਪਹਿਲਾਂ ਵੀ ਅਸੀਂ 8 ਤਰੀਕ ਨੂੰ ਜਿਹੜੀ ਹੈ ਟਾਂਡਾ ਦੇ ਵਿੱਚ ਇੱਕ ਵੱਡੀ ਪੰਜਾਬ ਪੱਧਰੀ ਕਨਵੈਨਸ਼ਨ ਕਰਵਾਈ ਸੀ, ਉਸ ਤੋਂ ਬਾਅਦ ਅਸੀਂ ਵੱਖ ਵੱਖ ਇਲਾਕਿਆਂ ਦੇ ਵਿੱਚ ਉਹਨੂੰ ਕਨਵੈਨਸ਼ਨਾਂ ਦੁਆਬਾ ਕਿਸਾਨ ਕਮੇਟੀ ਦੀਆਂ ਕਰਵਾ ਰਹੇ ਹਾਂ। ਸੋ ਆਪਦੀ ਜਥੇਬੰਦੀ ਦੀ ਵਿਚਾਰਧਾਰਾ ਦੱਸ ਰਹੇ ਹਾਂ, ਸਰਕਾਰ ਦੀਆਂ ਨਲਾਇਕੀਆਂ ਅਤੇ ਨਕਾਮੀਆਂ ਉਹਦੇ ਬਾਰੇ ਦੱਸ ਰਹੇ ਹਾਂ। ਸੋ ਆਪਦੀ ਜਥੇਬੰਦੀ ਦੀ ਤਾਕਤ ਬਾਰੇ ਦੱਸ ਰਹੇ ਹਾਂ। ਸੋ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਝੋਨੇ ਦੀ ਫਸਲ ਜਿਹੜੀ ਪੱਕ ਕੇ ਤਿਆਰ ਹੋ ਚੁੱਕੀ ਹੈ ਔਰ ਨਾ ਤਾਂ ਆੜ੍ਹਤੀ ਵੀਰ ਖਰੀਦਣ ਵਾਸਤੇ ਤਿਆਰ ਆ, ਨਾ ਸ਼ੈਲਰ ਮਾਲਕ ਉਹਨੂੰ ਚੁੱਕਣ ਵਾਸਤੇ ਤਿਆਰ ਆ ਔਰ ਕਿਸਾਨ ਵੀਰ ਚਿੰਤਾ ਦੇ ਵਿੱਚ ਪਏ ਹੋਏ ਆ ਔਰ ਉਹਦੇ ਵਿੱਚ ਕਿਸ ਕਿਸਾਨ ਬੀਜ ਰਿਹਾ ਆ। ਸੋ 1 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, 1 ਤਰੀਕ ਨੂੰ ਅਸੀਂ ਸਰਕਾਰੀ ਖਰੀਦ ਕਰਾਂਗੇ, ਪਰ ਜਿਹੜੀ 126 ਵਰਾਇਟੀ ਮੁੱਖ ਮੰਤਰੀ ਸਾਹਿਬ ਪੰਜਾਬ ਨੇ ਬਿਜਾਈ ਸੀ ਕਿ ਪਾਣੀ ਦਾ ਜਿਹੜਾ ਲੈਵਲ ਆ ਉਹਨੂੰ ਅੱਪ ਕੀਤਾ ਜਾਵੇ ਕਿ ਥੋੜ੍ਹੇ ਸਮੇਂ ਦੇ ਵਿੱਚ ਪੱਕ ਜਾਵੇ, ਉਹ ਅੱਜ ਸ਼ੈਲਰ ਮਾਲਕਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਦੀ ਯੀਲਡ ਘੱਟ ਆ, 5 ਕਿਲੋ ਦਾ ਫਰਕ ਪੈਂਦਾ ਆ। 5 ਕਿਲੋ ਦਾ ਫਰਕ ਦਾ ਮਤਲਬ ਕਿ 250 ਰੁਪਏ ਦਾ ਫਰਕ ਜਿਹੜਾ ਆ ਉਹਦਾ ਚੂਨਾ ਸ਼ੈਲਰ ਮਾਲਕਾਂ ਨੂੰ ਲੱਗਦਾ ਅਤੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ। ਉਹ ਫਰਕ ਕੌਣ ਕੱਢੇ? ਅੱਜ ਕੇਂਦਰ ਸਰਕਾਰ ਜਿਹੜੀ ਆ ਸ਼ੈਲਰਾਂ ਵਾਲਿਆਂ ਨੂੰ ਜਿਹੜੀਆਂ ਸਾਡੇ ਸਟੋਰਾਂ ਦੇ ਵਿੱਚ ਮਾਲ ਪਿਆ, ਚੌਲ ਪਿਆ ਆ, ਉਹ ਉੱਥੋਂ ਚੱਕ ਨਹੀਂ ਹੋਇਆ, ਸਪੇਸ ਬਣੀ ਨਹੀਂ, ਮੰਡੀਆਂ ਦਾ ਮਾਲ ਸਟੋਰਾਂ ਦੇ ਵਿੱਚ ਜਾਊਗਾ ਅਤੇ ਫਿਰ ਮੰਡੀਆਂ ਖਾਲੀ ਹੋ ਗਈਆਂ। ਉਹ ਕਹਿਣ ਤੋਂ ਭਾਵ ਆ ਕਿ ਹਰੇਕ ਪਾਸੇ ਜਿਹੜਾ ਆ ਅਖਿਆਈ ਔਰ ਇਸ ਵੇਲੇ ਸਥਿਤੀ ਜਿਹੜੀ ਆ ਗੰਭੀਰ ਬਣੀ ਹੋਈ ਹੈ। ਸੋ ਅਸੀਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੋਂ ਅਤੇ ਕੇਂਦਰ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ 1 ਅਕਤੂਬਰ ਨੂੰ ਐਲਾਨ ਕੀਤਾ ਕਿ ਆਪਾਂ ਮੰਡੀਆਂ ਦੀ ਖਰੀਦ ਕਰਾਵਾਂਗੇ, ਤੁਹਾਡੇ ਕੋਲ ਕਿਹੜਾ ਫਾਰਮੂਲਾ? ਸਾਨੂੰ ਨਹੀਂ ਪਤਾ, ਸਾਨੂੰ ਖਰੀਦ ਹੋਣੀ ਚਾਹੀਦੀ ਹੈ। ਆੜ੍ਹਤੀਆਂ ਵੀ ਖਰੀਦ ਕਰਨ, ਸ਼ੈਲਰ ਮਾਲਕ ਝੋਨਾ ਚੱਕਣ, ਪੂਰੇ ਰੇਟ 'ਤੇ ਚੱਕਣ, ਜੇਕਰ ਕੋਈ ਫਰਕ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਕਰਨਗੇ। ਅੱਜ ਅਸੀਂ ਦੁਆਬਾ ਕਿਸਾਨ ਕਮੇਟੀ ਵੱਲੋਂ ਮੀਰਸਲ ਦੇ ਵਿੱਚ ਜਿਹੜੀ ਕਨਵੈਨਸ਼ਨ ਰੱਖੀ ਗਈ ਹੈ ਇਹਦੇ ਮਕਸਦ ਪ੍ਰਧਾਨ ਜੀ ਹੋਣਾਂ ਨੇ ਦੱਸ ਦਿੱਤੇ ਆ, ਇਹਦੇ ਵਾਸਤੇ ਕੁਛ ਮੰਗਾਂ ਜਿਹੜੀਆਂ ਇਸ ਇਲਾਕੇ ਦੀਆਂ ਵੀ ਹੈਗੀਆਂ, ਜਿਹੜੇ ਕਿ ਸਭ ਤੋਂ ਵੱਡੀ ਸਮੱਸਿਆ ਇਸ ਨੂੰ ਰਸਤੇ ਦੀ ਹੈ ਕਿ ਰਸਤਾ ਇਹਦਾ ਜਿਹੜਾ ਆਰਮੀ ਦੇ ਵਿੱਚੋਂ ਦੀ ਲੰਘਦਾ, ਡਿਫੈਂਸ ਦਾ ਰਸਤਾ ਜਿਹੜਾ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ, ਇਸ ਇਲਾਕੇ ਦੇ ਲੋਕ ਬਿਮਾਰ ਹੋ ਜਾਂਦੇ ਜਾਂ ਕੋਈ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਉਹਨੂੰ ਰਾਤ ਨੂੰ ਖੰਡ ਵਿੱਚ ਪ੍ਰੋਬਲਮ ਆਉਂਦੀ, ਕੋਈ 10-15 ਕਿਲੋਮੀਟਰ ਦਾ ਏਰੀਆ ਘੁੰਮ ਕੇ ਫਿਰ GT ਰੋਡ 'ਤੇ ਚੜ੍ਹਿਆ ਜਾਂਦਾ। ਇਸ ਕਰਕੇ ਇਹ ਜਿਹੜੀ ਦੁਆਬਾ ਕਿਸਾਨ ਕਮੇਟੀ ਹੈ ਸਭ ਤੋਂ ਪਹਿਲੀ ਮੰਗ ਜਿਹੜੀ ਇਹਨਾਂ ਦੀ ਹੈ ਇਸ 'ਤੇ ਗੌਰ ਕਰੇਗੀ ਅਤੇ ਇਹਦਾ ਹੱਲ ਕਰੇਗੀ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ
ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।